ਆਪਣਾ ਜਿਹੜਾ ਤੁਸੀਂ ਅੱਜ ਮੇਰਾ ਨਾਮ ਪੂਜਾ ਹੈਗਾ ਵਾ। ਕਿੱਥੇ ਰਹਿੰਦੇ? ਮੋਕਮਪੁਰੇ ਬਿੱਲੇ ਵਾਲੇ ਚੌਂਕ 'ਚ। ਕੀ ਮਸਲਾ, ਕੀ ਤੁਹਾਡਾ? ਕੀ ਗੱਲ ਕੀ ਹੋਈ? ਮੇਰਾ ਨਰਸ ਨੇ ਨਾ ਅਬੋਰਸ਼ਨ ਕੀਤਾ ਵਾ ਅਤੇ ਉਹਨੇ ਨਾ ਬੱਚੇ ਨਾਲ ਕੱਟ ਲਾਤਾ ਹੈ, ਫੂਡ ਵਾਲੀ ਨਾੜੀ 'ਚ, ਫੂਡ ਵਾਲੀ ਨਾੜੀ 'ਚ ਕੱਟ ਲਾਤਾ, ਬੱਚੇਦਾਨੀ 'ਚ ਛੇਕ ਕਰਤਾ ਹੈ। ਤੁਹਾਨੂੰ ਇਹ ਗੱਲ ਕਿਹਨੇ ਕਹੀ ਵੀ ਤੁਹਾਡੇ ਫੂਡ ਵਾਲੀ ਨਾਲੀ 'ਚ ਕੱਟ ਲੱਗ ਗਿਆ? ਮੇਰੀ ਅਲਟਰਾਸਾਊਂਡ 'ਚ ਆਇਆ। ਕਿਹੜੀ ਨਰਸ ਸੀ, ਕਿੱਥੇ ਰਹਿੰਦੀ ਸੀ, ਕੀ ਗੱਲ ਹੋਈ ਸਾਰਾ ਦੱਸੋ। ਇਹ ਬਟਾਲਾ ਰੋਡ ਵੱਲ ਹੈਗੀ ਆ। ਹਾਂਜੀ, ਉੱਧਰ ਘਰ 'ਚ ਹੀ ਕਰਦੀ ਆ ਟ੍ਰੀਟਮੈਂਟ। ਕੀ ਨਾਮ ਕੀ ਹੈ, ਕਲੀਨਿਕ ਹੈ, ਕੀ ਹੈ ਸਾਰਾ ਦੱਸੋ ਜੀ। ਕਲੀਨਿਕ ਹੈਗਾ ਵਾ, ਪਤਾ ਨਹੀਂ ਕਿੱਥੇ ਆ, ਪਰ ਉਹਨਾਂ ਘਰ 'ਚ ਖੋਲ੍ਹਿਆ ਹੈ ਇੱਕ। ਕੀ ਨਾਮ ਉਹਨਾਂ ਦਾ? ਉਹਨਾਂ ਦਾ ਨਾਮ ਕੀ? ਸਰਪੰਚ ਨਹੀਂ ਕਹਿੰਦੇ ਉਹਨਾਂ ਨੂੰ। ਅੱਛਾ ਜੀ, ਕਿੱਥੇ ਕਰਕੇ ਰਹਿੰਦੇ? ਵਿਜੇਨਗਰ। ਵਿਜੇਨਗਰ 4 ਲੋਕਲ ਲਿਖਿਆ ਉਹਨਾਂ ਦੇ ਬੈਕ ਸਾਈਡ ਜਾਂ ਦੁਕਾਨ ਹੀ ਅੱਗੇ। ਕਦੋਂ ਦਾ ਵਾਕਿਆ ਹੈ, ਕੀ ਹੋ ਗਏ? ਥੋੜ੍ਹੇ ਦਿਨ ਹੋਏ। ਕਿੰਨੀ ਤਰੀਕ ਦਾ ਹੈਗਾ ਵਾਕਿਆ ਜਿਹੜਾ ਤੁਹਾਨੂੰ ਕੱਟ ਲੱਗਿਆ ਹੈਗਾ, ਤੁਸੀਂ ਆਪਰੇਸ਼ਨ ਕਰਾਉਣ ਗਏ? 18 ਦਾ। 18 ਦਾ ਪੁਲਿਸ ਨੂੰ ਕੰਪਲੇਂਟ ਕੀਤੀ ਇਸ ਬਾਰੇ? ਹਾਂਜੀ। ਅੱਜ ਹੁਣ ਕੀ ਕਾਰਵਾਈ ਦੀ ਮੰਗ ਜਾਂਦੇ? ਕਾਰਵਾਈ ਹੈ ਕਿ ਮੈਨੂੰ ਇਨਸਾਫ ਮਿਲੇ ਮੇਰੇ ਵਾਸਤੇ। ਅਤੇ ਤੁਸੀਂ ਜਦੋਂ ਕੱਟ ਲੱਗਿਆ ਤੁਹਾਡੇ, ਤੁਸੀਂ ਕਿੱਥੇ ਇਲਾਜ ਕਰਵਾਉਣ ਲਈ ਗਏ, ਕਿੱਥੇ ਪਹੁੰਚੇ? ਸਿਵਲ 'ਚ ਗਏ ਸੀ, ਉਹਨਾਂ ਨੇ ਰੈਫਰ ਕੀਤਾ ਸੀ ਮੈਨੂੰ ਗੁਰੂ ਨਾਨਕ 'ਚ, ਅਤੇ ਗੁਰੂ ਨਾਨਕ ਵਾਲਿਆਂ ਨੇ ਹੱਥ ਨਹੀਂ ਪਾਇਆ ਮੈਨੂੰ। ਉਸ ਤੋਂ ਬਾਅਦ ਕਿੱਧਰ ਗਏ ਫਿਰ? ਉਸ ਤੋਂ ਬਾਅਦ ਬਟਾਲੇ ਸਿਵਲ 'ਚ ਲੈ ਕੇ ਗਏ, ਸਿਵਲ ਵਾਲਿਆਂ ਨੇ ਰੈਫਰ ਕਰਤਾ ਬੀਬੀ ਨਾਨਕੀ। ਬੀਬੀ ਨਾਨਕੀ? ਹਾਂਜੀ। ਉੱਥੇ ਤੁਹਾਡਾ ਟ੍ਰੀਟਮੈਂਟ ਹੋਇਆ? ਹਾਂਜੀ, ਟ੍ਰੀਟਮੈਂਟ ਹੋਇਆ, ਬਹੁਤ ਵਧੀਆ ਆ। ਤੁਹਾਨੂੰ ਬੀਬੀ ਨਾਨਕੀ ਤੋਂ ਉੱਥੋਂ ਪਤਾ ਲੱਗਿਆ ਵੀ ਤੁਹਾਡੇ ਕੱਟ ਲੱਗਿਆ ਹੋਇਆ? ਹਾਂਜੀ ਹਾਂਜੀ। ਅਤੇ ਤੁਸੀਂ ਉਸ ਤੋਂ ਬਾਅਦ ਕੰਪਲੇਂਟ ਕੀਤੀ ਥਾਣੇ? ਹਾਂਜੀ। ਜਿਹਦੇ ਕੋਲ ਤੁਸੀਂ ਆਪਣਾ ਵਿਜੇਨਗਰ, ਉਸ ਤੋਂ ਬਾਅਦ ਉਹਨੂੰ ਤੁਸੀਂ ਕਿਹਾ ਕਿ ਤੂੰ ਇਸ ਤਰ੍ਹਾਂ ਗਲਤ ਕੀਤਾ? ਹਾਂਜੀ, ਅਸੀਂ ਫੋਨ ਕੀਤਾ, ਉਹਨਾਂ ਨੇ ਫੋਨ ਨਹੀਂ ਚੁੱਕਿਆ। ਕੀ ਕਹਿੰਦੇ? ਕੋਈ ਗੱਲ ਤੁਹਾਡੀ ਗੱਲ ਨਹੀਂ ਉਸ ਤੋਂ ਬਾਅਦ? ਨਹੀਂ, ਕੋਈ ਗੱਲ ਨਹੀਂ। ਹੁਣ ਪੁਲਿਸ ਕੋਲ ਕੀ ਮੰਗ ਕਰਦੇ ਤੁਸੀਂ? ਪੁਲਿਸ ਤਾਂ ਇਹ ਮੰਗ ਕਰਦੇ ਆ ਕਿ ਇਨਸਾਫ ਕਰੇ। ਕੀ ਗੱਲ ਹੋਈ ਹੈ? ਸਰ, ਨਾਮ ਮੇਰਾ ਰਾਮਚੰਦਰਨ, ਮੋਗਮਪੁਰੇ ਬਿੱਲੇ ਵਾਲੇ ਚੌਂਕ 'ਚ ਰਹਿਣਾ ਮੈਂ। ਹਾਂਜੀ। ਅਤੇ ਸਰ, ਮਤਲਬ ਇਹਨਾਂ ਦਾ ਨਾ ਥੋੜ੍ਹੇ ਟਾਈਮ ਸੀ, ਪ੍ਰੈਗਨੈਂਸੀ ਸੀ, ਅਤੇ ਬਲੀਡਿੰਗ ਹੁੰਦੀ ਸੀ। ਤੁਸੀਂ ਕੌਣ ਲੱਗਦੇ ਜੀ ਭਾਈ ਇਹਨਾਂ ਦੇ? ਮੈਂ ਇਹਨਾਂ ਦਾ ਹਸਬੈਂਡ ਹਾਂ। ਅੱਛਾ ਜੀ। ਅਤੇ ਥੋੜ੍ਹੀ ਥੋੜ੍ਹੀ ਬਲੀਡਿੰਗ ਹੁੰਦੀ ਸੀ, ਅਤੇ ਅਸੀਂ ਨਾ ਮਤਲਬ ਅਬੋਰਸ਼ਨ ਕਰਾਇਆ ਇਹਨਾਂ ਦਾ, ਅਤੇ ਉਹ ਨਰਸ ਨੇ ਨਾ ਮਤਲਬ ਜਿਵੇਂ ਬੱਚੇਦਾਨੀ 'ਚ ਵੀ ਕੱਟ ਲਾਤਾ ਆ, ਅਤੇ ਫੂਡ ਵਾਲੀ ਨਾਲੀ ਨੂੰ ਵੀ ਕੱਟ ਲਾਤਾ ਆ, ਅਤੇ ਮਤਲਬ 2 ਕੁ ਦਿਨ ਸਹੀ ਰਹੇ ਆ, ਅਤੇ ਕੁਛ ਪਚਦਾ ਨਹੀਂ, ਖਾਂਦੇ ਪੀਂਦੇ ਸੀ, ਕੁਛ ਨਹੀਂ ਪਚਦਾ। ਫਿਰ ਅਸੀਂ ਲੈ ਕੇ ਗਏ ਇਹਨਾਂ ਨੂੰ ਬੀਬੇ ਨਾਲ ਉੱਥੇ ਸਿਵਲ ਦੇ ਵਿੱਚ। ਸਿਵਲ ਵਾਲਿਆਂ ਨੇ ਮਤਲਬ ਟ੍ਰੀਟਮੈਂਟ ਕੀਤਾ, ਆਪਣੀ ਅਲਟਰਾਸਾਊਂਡ ਕੀਤੀ, ਉਹਨਾਂ ਨੇ ਸਾਨੂੰ ਗੁਰੂ ਨਾਨਕ ਭੇਜਿਆ। ਜਦੋਂ ਗੁਰੂ ਨਾਨਕ ਦਾ ਕੇਸ ਨਹੀਂ ਸੀ ਅਤੇ ਉਹ ਹੱਥ ਨਹੀਂ ਪਾਉਂਦੇ, ਫਿਰ ਅਸੀਂ ਬਟਾਲੇ ਲੈ ਗਏ ਸਿਵਲ। ਉਹਨਾਂ ਨੇ ਟ੍ਰੀਟਮੈਂਟ ਕੀਤਾ, ਮਤਲਬ ਜਿਹੜੇ ਡਾਕਟਰ ਹੈਗੇ ਸੀ ਉੱਥੋਂ ਮੇਨ, ਉਹਨਾਂ ਨੇ ਟ੍ਰੀਟਮੈਂਟ ਕੀਤਾ, ਚੈੱਕ ਕੀਤਾ ਇਹਨਾਂ ਨੂੰ, ਫਿਰ ਉਹਨਾਂ ਨੇ ਸਾਨੂੰ ਬੇਬੇ ਨਾਨਕੀ ਭੇਜਿਆ। ਬੇਬੇ ਨਾਨਕੀ ਬਹੁਤ ਵਧੀਆ ਟ੍ਰੀਟਮੈਂਟ ਹੋਇਆ, ਵਧੀਆ ਇਹਨਾਂ ਦਾ ਪਤਾ ਸਾਨੂੰ ਬੇਬੇ ਨਾਨਕੀ ਆ ਕੇ ਲੱਗਾ ਕਿ ਮਤਲਬ ਇਹਨਾਂ ਦੇ ਕੱਟ ਲੱਗਾ ਆ। ਜਿਹਦੇ ਕੋਲ ਤੁਸੀਂ ਪਹਿਲੇ ਟ੍ਰੀਟਮੈਂਟ ਕਰਾਏ ਵਿਜੇਨਗਰ, ਉਸ ਤੋਂ ਬਾਅਦ ਤੁਹਾਡੀ ਕੋਈ ਗੱਲਬਾਤ ਹੋਈ ਉਹਨਾਂ ਦੇ ਨਾਲ? ਸਰ, ਉਹਨਾਂ ਨੂੰ ਪਹਿਲਾਂ ਫੋਨ ਕੀਤਾ ਸੀ, ਅਤੇ ਫੋਨ ਚੱਕਿਆ ਉਹਨਾਂ ਨੇ, ਚੁੱਕ ਕੇ ਫੋਨ, ਅਤੇ ਮਤਲਬ ਮੰਮਾ ਨੇ ਗੱਲ ਕੀਤੀ, ਮੰਮਾ ਨੇ ਕਿਹਾ ਕਿ ਮਤਲਬ ਤੁਸੀਂ ਐਵੇਂ ਸਾਡੀ ਬੇਟੀ ਦਾ ਅਬੋਰਸ਼ਨ ਕੀਤਾ ਸੀ, ਪੂਜਾ ਨਾਮ ਆ ਉਹਨਾਂ ਦਾ, ਅਤੇ ਉਹਨਾਂ ਨੇ ਬੰਦ ਕਰਤਾ ਫੋਨ ਗਾੜੀਓਂ, ਸਾਡਾ ਫੋਨ ਹੀ ਕੱਟਤਾ। ਤੁਹਾਨੂੰ ਉਹਦੀ ਰਾਏ ਕਿਹਨੇ ਪਾਈ ਸੀ ਕਿ ਉਹਨਾਂ ਕੋਲੋਂ ਜਾਊਗਾ? ਕੋਈ ਮੁੰਡਾ ਸੀ, ਯਾਰ ਦੋਸਤ ਸੀ, ਉਹਨੇ ਭੇਜਿਆ ਸੀ। ਹੁਣ ਮੰਗ ਕੀ ਕਰਦੇ ਤੁਸੀਂ? ਮੰਗ ਅਸੀਂ ਇਹੀ ਕਰਦੇ ਕਿ ਇਨਸਾਫ ਹੋਵੇ, ਜੋ ਗਾਂ ਤੋਂ ਅੱਜ ਸਾਡੇ ਨਾਲ ਹੋਇਆ, ਗਾਂ ਤੋਂ ਕਿਸੇ ਹੋਰ ਨਾਲ ਨਾ ਹੋਵੇ। ਇਸ ਬਾਰੇ ਪੁਲਿਸ ਨੂੰ ਕੰਪਲੇਂਟ ਕਰਦੇ ਤੁਸੀਂ? ਕੀਤੀ ਹੋਈ ਹੈ ਸਰ, ਅੱਜ ਕਰਕੇ ਆਏ। ਕੋਈ ਆਸ਼ਵਾਸਨ ਦਵਾਇਆ ਤੁਹਾਨੂੰ? ਸਰ, ਪੁਲਿਸ ਨੇ ਇਹ ਮੁਨਸ਼ੀ ਮਤਲਬ ਕਹਿੰਦਾ ਸੀ ਕਿ ਹਾਂ ਜਿਵੇਂ ਤੁਹਾਨੂੰ ਪੈਸਾ ਧੇਲਾ ਨਹੀਂ ਮਿਲੇਗਾ, ਕਹਿੰਦੇ ਸੀ ਵੀ ਤੇ ਇਹ 'ਚ ਤੇਰੇ 'ਤੇ ਵੀ ਕੇਸ ਹੋ ਸਕਦਾ, ਤੂੰ ਮਤਲਬ ਅਬੋਰਸ਼ਨ ਕਰਾਇਆ ਉਹਨਾਂ ਦਾ। ਸਰ, ਜਦੋਂ ਠੀਕ ਹੀ ਨਹੀਂ ਹੈਗੀ ਤਾਂ ਅਸੀਂ ਅਬੋਰਸ਼ਨ ਹੀ ਕਰਾਵਾਂਗੇ, ਠੀਕ ਆ ਨਾ ਸਰ? ਅਬੋਰਸ਼ਨ ਤੋਂ ਬਗੈਰ ਥੋੜ੍ਹੀ ਬੱਚਾ ਬਾਹਰ ਆ ਜਾਏਗਾ। ਹਾਂਜੀ, ਕੀ ਗੱਲ ਹੋਈ ਹੈ ਜੀ? ਬੇਟੇ ਬੇਟੀ ਮੇਰੀ ਦਾ
ਦੇਣਾ ਹੀ ਥੋੜ੍ਹਾ ਜਿਹਾ ਟਾਈਮ, ਅਤੇ ਮੁੰਡਾ ਲੈ ਗਿਆ ਉੱਥੇ ਵਿਜੇਨਗਰ, ਵਿਜੇਨਗਰ ਕਿਤੇ ਖੜ੍ਹੀ ਸਫਾਈ ਕਰਾ ਕੇ ਲਿਆਇਆ ਕੁੜੀ ਹੋਸ ਖੋਸ, ਮੈਂ ਇਹਨੂੰ ਇਹੋ ਕਹੀ ਜਾਂਦੀ ਮੇਰੀ ਕੁੜੀ ਮਰ ਗਈ, ਮੇਰੀ ਕੁੜੀ ਮਰ ਗਈ, ਮੇਰੀ ਕੁੜੀ ਬਚਾ। ਕੁੜੀ ਨੂੰ ਦੋ ਦਿਨ ਇਹਨੇ ਖਾਧਾ ਪੀਤਾ, ਤੀਜੇ ਦਿਨ ਰਪੇਟ ਫੁੱਲਣੇ ਚਾਲੂ ਹੋ ਗਏ ਅਤੇ ਉਹ ਅੰਦਰ ਪਤਾ ਨਹੀਂ ਟੱਕ ਲੱਗੇ ਕੀ ਹੋਇਆ ਬੱਚੇਦਾਨੀ ਦੇ, ਬੜੇ ਧੱਕੇ ਪੋਤੇ ਸੀ ਹਸਪਤਾਲਾਂ ਵਿੱਚ, ਬੜੇ ਧੱਕੇ ਮੈਂ ਖਾਧੇ ਚੁੱਕ ਕੇ ਹੱਥਾਂ 'ਤੇ ਲਈ ਫਿਰਦੇ ਰਹੇ, ਨਹੀਂ ਸਾਡੀ ਕਿਸੇ ਨੇ ਸੁਣਾਈ ਕੀਤੀ, ਕਹਿੰਦੇ ਖਤਰਾ ਖਤਰਾ, ਨਹੀਂ ਕਿਸੇ ਨੇ ਸੁਣਾਈ ਕੀਤੀ। ਫਿਰ ਇਹਨੇ ਆਪਣੇ ਪਿੰਡ ਲੈ ਗਿਆ, ਉੱਥੇ ਡਾਕਟਰ ਕੋਲ ਇਹਨੇ ਹੱਥ ਪਵਾਇਆ ਘਰ ਵਿੱਚ, ਉਹਨੇ ਗਲੂਕੋਜ਼ ਚੜ੍ਹਾਇਆ, ਕੁੜੀ ਸੁੱਤੀ ਰਹੀ ਦਿਨੇ, ਫਿਰ ਕੁੜੀ ਦਾ ਪੇਟ ਫੁੱਲ ਗਿਆ। ਕੁੜੀ ਉੱਚੀ ਉੱਚੀ ਮੈਨੂੰ ਕਹੀ ਗਈ, ਮੰਮੀ ਮੇਰਾ ਢਿੱਡ ਫੁੱਲ ਗਿਆ, ਮੇਰੇ ਢਿੱਡ ਵਿੱਚ ਕੱਚੂ ਮਾਰ, ਮੇਰੇ ਆਹ ਮਾਰ। ਉੱਥੋਂ ਮੈਂ ਇੱਦਾਂ ਸੜੀ ਖਬੀਲ ਆ ਗਈ ਹਸਪਤਾਲ ਬਟਾਲੇ, ਉਹਨਾਂ ਨੇ ਵੇਖੀ ਇਹਦੀ ਹਾਲਤ, ਮੈਨੂੰ ਵੇਖਿਆ ਰੋਂਦੀ ਨੂੰ, ਕਹਿੰਦੇ ਕੋਈ ਨਹੀਂ ਤੇਰੀ ਧੀ ਦਾ ਇਲਾਜ ਉੱਥੇ ਬੇਬੇ ਨਾਨਕੀ ਹੋ ਜੂਗਾ। ਉੱਥੋਂ ਚੁੱਕੀ ਅਤੇ ਇੱਥੇ ਲੈ ਆਉਂਦੀ ਬੇਬੇ ਨਾਨਕੀ। ਪੰਜ ਛੇ ਦਿਨ ਇੱਦਾਂ ਧੱਕੇ ਖਾਧੇ ਮੈਂ, ਮੇਰੀ ਧੀ ਨਾਲ ਇੰਨੀ ਉਹਨੇ ਹੱਤਿਆ ਕੀਤੀ, ਮੇਰੀ ਧੀ ਦੇ ਅੰਦਰ ਕੱਟ ਲਾ ਦਿੱਤੇ। ਹੁਣ ਥਾਣੇ ਗਏ, ਥਾਣੇ ਵਾਲੇ ਸਾਨੂੰ ਕਹਿੰਦੇ ਤੁਸੀਂ ਕੀ ਚਾਹੁੰਦੇ, ਪੈਸੇ ਚਾਹੁੰਦੇ? ਨਹੀਂ ਮੈਂ ਪੈਸੇ ਨਹੀਂ ਚਾਹੁੰਦੀ, ਮੈਨੂੰ ਆਹ ਚਾਹੀਦਾ ਮੇਰੀ ਧੀ ਦਾ, ਕਿੱਦਾਂ ਹਾਲਤ ਉਹਨੇ ਕੀਤੀ ਨਾ, ਜਾਂ ਹੋਰ ਧੀ ਨਾ ਹੋਵੇ, ਕਹਿੰਦੀ ਹੋਰ ਧੀ ਨਾ ਅੰਦਰ ਅੰਦਰ ਮਾਰ ਦੇਵੇ ਉਹ ਮੇਰੀ ਧੀ ਦੇ ਨਿੱਕੇ ਨਿੱਕੇ ਬੱਚੇ 4 ਸਾਲ ਦੇ, ਘਰੋਂ ਘਰੀ ਲੋਕਾਂ ਦੇ ਮੈਂ ਸੁੱਟ ਕੇ ਧੀ ਲੈ ਕੇ ਤੁਰੇ ਫਿਰ, ਸਾਡੀ ਬਾਤ ਨਹੀਂ ਪੁੱਛਦਾ, ਕੋਈ ਪੈਸਾ ਮੰਗ ਲੈ, ਕੋਈ ਮੇਰਾ ਸਾਰਾ ਨਹੀਂ, ਮੇਰੀ ਧੀ ਸਾਰਾ ਬਸ। ਫੋਨ ਕੰਧ ਨਾ ਉਹਨੇ ਲਾ ਕੇ ਘਰ ਵਾਲੇ ਨੂੰ ਕਹਿੰਦੀ ਸੀ ਵੀ ਕਿੱਥੇ ਆਵਾ ਆਉਂਦੇ ਆ, ਮੈਂ ਫਲਾਨੇ ਜਗ੍ਹਾ, ਮੈਂ ਢਿਮਕੜੀ ਜਗ੍ਹਾ, ਕੁੜੀ ਦੀ ਸਫਾਈ ਕਰਦੀ ਗਈ। ਉਹ ਬਸ ਫੋਨ ਨੇ ਮੇਰੀ ਧੀ ਦੀ ਵੱਢ ਟੁੱਕ ਕਰ ਦਿੱਤੀ ਅੰਦਰੋਂ। ਮੁੰਡਾ ਬਾਹਰ ਆਉਂਦਾ ਮੈਂ ਡਾਡਾ ਸੁਣਦਾ, ਮੈਂ ਵੀ ਰੋਂਦਾ, ਲੱਤਾਂ ਬੰਨੀਆਂ ਮੇਰੀ ਧੀ ਦੀਆਂ, ਉਹਨੇ ਰੱਸੀ ਨਾਲ ਸਫਾਈ ਕੀਤੀ ਆ, ਤਾਂ ਵੀ ਨਹੀਂ ਉਹਨੇ ਚੱਜ ਨਾ ਕੀਤੀ, ਵੱਢ ਟੁੱਕ ਕਰਕੇ ਮੇਰੀ ਧੀ ਨੂੰ ਘਰ ਖਿਲਾ ਦਿੱਤਾ। ਬੇਬੇ ਨਾਨਕੀ ਵਾਲਿਆਂ ਮੇਰੀ ਬੜੀ ਹੈਲਪ ਕੀਤੀ, ਉਹਨਾਂ ਮੇਰੀ ਦਵਾਈ ਵੀ ਕਰਾਈ, ਟੀਕੇ ਵੀ ਲਵਾਏ, ਮੇਰੀ ਧੀ ਨੂੰ ਇੱਥੋਂ ਤੱਕ ਪਹੁੰਚਾਇਆ ਖਤਰਿਆਂ, ਕਿਹਾ ਦੂਰ ਵਾ ਪਰ ਮੈਨੂੰ ਹਾਲੇ ਖਤਰਾ ਦੇਖਦਾ ਮੇਰੀ ਧੀ ਨੂੰ, ਕਿੰਨਾ ਚਿਰ ਤੁਰਦੀ ਫਿਰਦੀ, ਬੱਚੇ ਮੈਂ ਲੋਕਾਂ ਦੇ ਘਰ ਛੱਡ ਛੱਡ ਬੱਚੇ, ਆਪਣੀ ਧੀ ਨੂੰ ਲੈ ਕੇ ਫਿਰਦੀ ਰਹੀ, ਬੱਚਿਆਂ ਦੀ ਕੇਅਰ ਨਹੀਂ ਮੈਂ ਕੀਤੀ, ਪਰ ਅੱਜ ਮੇਰੀ ਧੀ ਨਾ ਹੋਇਆ ਕੱਲ੍ਹ ਕੇ ਹੋਰ ਧੀ ਨਾ ਵੀ ਕੋਈ ਕਰੂਗਾ, ਪਰ ਆਹ ਬੰਦ ਗਵਰਨਮੈਂਟ ਨੂੰ ਕਰਾਉਣਾ ਚਾਹੀਦਾ, ਜਿਹੜੇ ਘਰਾਂ ਵਿੱਚ ਸਫਾਈਆਂ ਕਰਦੀਆਂ। ਚਲੋ ਅਸੀਂ ਅਨਪੜ੍ਹ ਵਾਂ, ਅਸੀਂ ਨਹੀਂ ਕੇਅਰ ਕੀਤੀ, ਹਸਪਤਾਲ ਗਏ ਸਾਡੀ ਗਲਤੀ, ਪਰ ਉਹਦੀ ਤਾਂ ਨਹੀਂ ਗਲਤੀ ਕਿ ਨਾ ਮੇਰੀ ਧੀ ਦੀਆਂ ਅੰਦਰਾਂ ਕੱਟ ਦਿੱਤੀਆਂ, ਉਹਦੇ 'ਤੇ ਕਾਰਵਾਈ ਹੋਣੀ ਚਾਹੀਦੀ। ਮੈਨੂੰ ਉਹਦੇ ਬਹੁਤ ਮੇਰੇ ਧੀ ਨੂੰ ਉਹਨੇ ਦੁਖੀ ਕੀਤਾ, ਬਸ ਮੇਰਾ ਇਹੋ ਹੱਥ ਜੋੜ ਕੇ ਵੀ ਕਿਹਾ ਧੀ ਦੀ ਆ ਡੰਡ ਨਾ ਲਾ ਦੇ, ਬਸ ਇੱਕੋ ਮੇਰੀ ਧੀ, ਇੱਕੋ ਮੇਰਾ ਘਰ ਵਸਿਆ ਮੇਰੇ ਧੀ ਭਾਈ ਨਾਲ, ਮੇਰਾ ਸਾਰਾ ਕੋਈ ਨਹੀਂ, ਪੁੱਤ ਨਹੀਂ ਮੇਰਾ ਕੋਈ, ਕੋਈ ਕਮਾਊ ਵਾਲਾ ਨਹੀਂ ਮੇਰਾ, ਬਸ ਕਾਰਵਾਈ ਕਰ ਦਿਓ, ਜਿਹੜਾ ਮੇਰੇ ਹੱਕ ਦੇ ਹੱਕ ਮੰਦੇ ਬੜੇ ਮੇਰੀ ਮਾਰੀ ਪੁੱਤ ਤੁਹਾਡੀ। ਇਹ ਪੂਜਾ ਮੋਹਕਮਪੁਰ ਏਰੀਏ ਦੇ ਰਹਿਣ ਵਾਲੇ ਆ, ਇਹਨਾਂ ਦਾ ਕੋਈ ਡਿਲੀਵਰੀ ਦਾ ਸੀਗਾ, ਬੇਬੀ ਹੋਣ ਵਾਲਾ ਸੀ, ਇਹਨਾਂ ਨੇ ਕੋਈ ਇੱਥੇ ਨਰਸ ਦੱਸਦੇ ਆ, ਉਹਨਾਂ ਦਾ ਮੇਰੇ ਕੋਲ ਨਾਂ ਨਹੀਂ, ਇਹਨਾਂ ਨੂੰ ਵੀ ਨਹੀਂ ਪਤਾ ਨਾਂ ਦਾ, ਇਹਨਾਂ ਨੇ ਕੰਪਲੇਂਟ ਆਈ ਆ, ਉਹਦੇ 'ਚ ਆਪਾਂ ਵੈਰੀਫਾਈ ਕਰਾਂਗੇ ਵੀ ਕਿਹਦਾ ਕੀ ਕਸੂਰ ਆ, ਜਾਂ ਉਹਦੇ ਕੋਲ ਅਧਿਕਾਰ ਹੈਗਾ ਕੋਈ ਮਤਲਬ ਡਿਲੀਵਰੀ ਕਰਨਾ ਜਾਂ ਕਿਵੇਂ ਆ, ਉਹਨੂੰ ਵੈਰੀਫਾਈ ਕਰਕੇ ਜੋ ਬਣਦੀ ਕਾਨੂੰਨੀ ਕਾਰਵਾਈ ਉਹ ਕੀਤੀ ਜਾਊ।
ਸਰ ਉਹ ਤੋਂ ਸਰੇਆਮ ਉਹਨਾਂ ਨੂੰ ਧਮਕੀਆਂ ਦੇ ਰਹੇ ਵੀ ਜਿੱਥੇ ਜਾਣਾ ਤੁਸੀਂ ਚਲ ਜਾਓ, ਜੋ ਮਰਜ਼ੀ ਕਰ ਲਓ ਤੁਸੀਂ। ਉਹ ਇਹਨਾਂ ਦੇ ਕਹਿਣ ਮੁਤਾਬਕ ਹੈ ਨਾ, ਹੁਣ ਅਸੀਂ ਵੈਰੀਫਾਈ ਕਰਾਂਗੇ, ਜਦੋਂ ਉਹ ਆਪੂਗੀ ਦੋਵੇਂ ਪਾਰਟੀਆਂ ਸਾਹਮਣੇ ਬਹਿਣਗੀਆਂ ਫਿਰ ਹੀ ਵੈਰੀਫਾਈ ਹੋਊਗਾ। ਇਹ ਹੁਣ ਕਹਿ ਰਹੇ ਆ ਵੀ ਅਸੀਂ ਗਏ ਹਾਂ, ਇਹ ਉਹਨਾਂ ਤੋਂ ਪੈਸਿਆਂ ਦੀ ਜਾਂ ਕੋਈ ਜੋ ਵੀ ਸਿਸਟਮ ਹੋਊਗਾ ਕਰਦੇ ਨੇ ਖਰਚਾ ਹੋਇਆ। ਰਿਪੋਰਟ ਵਿੱਚ ਆਇਆ ਜੀ ਬੇਬੇ ਨਾਨਕੀ 'ਚ ਉਹਨਾਂ ਨੇ ਦਿਖਾਇਆ, ਰਿਪੋਰਟ ਵਿੱਚ ਆਇਆ ਵੀ ਬੱਚੇਦਾਨੀ 'ਚ ਜਿਹੜਾ ਕੱਟ ਲੱਗ ਗਿਆ। ਨਾ ਤਾਂ ਸ਼੍ਰੀਮਾਨ ਜੀ, ਮੈਂ ਹਲੇ ਰਿਪੋਰਟ ਵੇਖੀ ਆ ਅਤੇ ਨਾ ਮੈਨੂੰ ਕਿਸੇ ਗੱਲ ਦਾ ਪਤਾ ਵਾ। ਜਦੋਂ ਆਪਾਂ ਵੈਰੀਫਾਈ ਕਰਾਂਗੇ, ਮੈਟਰ ਵੈਰੀਫਾਈ ਕਰਨ ਤੋਂ ਬਾਅਦ ਜੋ ਵੀ ਹਾਲਾਤ ਸਾਹਮਣੇ ਆਉਣਗੇ, ਜੇ ਤਾਂ ਕੋਈ ਕਸੂਰ ਉਹਦੇ ਬਣਦੀ ਕਾਨੂੰਨੀ ਕਾਰਵਾਈ ਕੀਤੀ।